ਸਤਿ ਸ਼੍ਰੀ ਅਕਾਲ ਜੀ। ਅਤੇ ਅੱਜ ਆਪਾਂ ਚੱਲੇ ਹਾਂ ਜੀ ਪਿੰਡ ਗੁਮਟੀ ਕਲਾਂ, ਜ਼ਿਲ੍ਹਾ ਬਠਿੰਡਾ, ਤਹਿਸੀਲ ਰਾਮਪੁਰਾ। ਅਤੇ ਅੱਜ ਬਾਈ ਦਾ ਉੱਥੇ ਡੋਗ ਫਾਰਮ ਹੈ ਅਤੇ ਆਪਾਂ ਡੋਗ ਲੈਣ ਚੱਲੇ ਹਾਂ ਉੱਥੇ ਡੋਗ ਫਾਰਮ 'ਚ। ਅਤੇ ਆਪਾਂ ਪਹੁੰਚ ਕੇ ਦੇਖਦੇ ਹਾਂ ਵੀ ਕਿਹੜੀ ਕਿਹੜੀ ਬਰੀਡ ਹੈ ਬਾਈ ਕੋਲ ਅਤੇ ਕਿਹੜੀ ਕਿਹੜੀ ਨਸਲ ਦੇ ਡੋਗ ਨੇ, ਆਪਾਂ ਜਾ ਕੇ ਪਤਾ ਕਰਦੇ ਹਾਂਗੇ। ਅਤੇ ਆ ਜਾਓ ਫਿਰ ਤੁਹਾਨੂੰ ਦਿਖਾਉਂਦੇ ਹਾਂ ਅੱਗੇ ਚੱਲ ਕੇ। ਅਤੇ ਆਪਾਂ ਪਿੰਡ ਤੋਂ ਸ਼ੁਰੂ ਕਰਤੀ ਹੈ ਯਾਤਰਾ ਆਪਣੀ। ਆਹ ਆਪਣਾ ਪਿੰਡ ਆ ਗਿਆ ਪਥਰਾਲਾ, ਪਥਰਾਲੇ ਤੋਂ ਚੱਲੇ ਹਾਂ ਆਪਾਂ ਅੱਗੇ ਚੱਲ ਕੇ ਦੇਖਦੇ ਹਾਂਗੇ। ਆਪਾਂ ਗੱਡੀ ਕਰਾਈ ਹੋਈ ਹੈ ਅਤੇ ਗੱਡੀ 'ਤੇ ਜਾ ਰਹੇ ਹਾਂ ਜੀ। ਆਪਣੇ ਬਾਈ ਦੀ, ਰਾਜੇ ਦੀ ਗੱਡੀ ਹੈਗੀ। ਆਹ ਪਿੰਡ ਪਥਰਾਲਾ ਆ ਗਿਆ ਅਤੇ ਆਹ ਆਪਣਾ ਆ ਗਿਆ ਜੀ ਗੁਰਦੁਆਰਾ ਗਸੋਈਆਣਾ ਸਾਹਿਬ ਪਾਤਸ਼ਾਹੀ ਦਸਵੀਂ ਜੀ। ਇੱਥੇ ਹਰ ਚਾਨਣ ਪੱਖ ਦੀ ਮਹੀਨੇ ਦੀ ਦਸਵੀਂ ਭਰਦੀ ਹੈ ਜੀ। ਦਸਵੀਂ ਦਾ ਮੇਲਾ ਬਹੁਤ ਭਾਰੀ ਮੇਲਾ ਭਰਦਾ ਜੀ ਅਤੇ ਜੋ ਵੀ ਇੱਥੇ ਸੱਚੇ ਮਨ ਨਾਲ ਸ਼ਰਧਾ ਨਾਲ ਸੁੱਖਾਂ ਸੁੱਖਦਾ ਹੈ ਜੀ ਉਹਦੀ ਹਰੇਕ ਸੁੱਖ ਪੂਰੀ ਹੁੰਦੀ ਹੈ ਜੀ। ਆਹ ਆਪਣਾ ਆ ਗਿਆ ਵਾਟਰ ਵਰਕਸ ਅਤੇ ਅੱਗੇ ਆਹ ਆਪਣੇ ਖੇਤਾਂ ਨੂੰ ਜਾਂਦਾ ਰਾਹ ਅਤੇ ਆਪਣੇ ਅੱਗੇ ਸੜਕ ਦਾ ਕੰਮ ਚੱਲ ਰਿਹਾ ਗਾ, ਦਿਖਾਉਂਦੇ ਹਾਂ ਤੁਹਾਨੂੰ। ਆ ਜਾਓ ਆਹ ਦੇਖੋ ਜੀ ਇਹ ਸੜਕ ਬਣ ਰਹੀ ਹੈ ਆਪਣੇ ਸਿਕਸ ਲੈਨ ਅਤੇ ਸੜਕ ਦਾ ਕੰਮ ਚੱਲ ਰਿਹਾ ਗਾ ਬਹੁਤ ਜ਼ੋਰਾਂ ਸ਼ੋਰਾਂ 'ਤੇ। ਸੜਕ ਵਾਲੇ ਨੇ ਬਹੁਤ ਕਾਫੀ ਸਾਰੇ ਦਰਖਤ ਪੱਟ ਪੱਟ ਕੇ ਸਾਈਡ 'ਤੇ ਕਰ ਰੱਖੇ ਹੈਗੇ ਅਤੇ ਚੱਲ ਕੇ ਦਿਖਾਉਂਦੇ ਹਾਂ ਤੁਹਾਨੂੰ। ਆਹ ਦੇਖੋ ਜੀ ਕਿਵੇਂ ਦਰਖਤ ਪੱਟੇ ਹੋਏ ਹੈਗੇ ਅਤੇ ਇੱਥੇ ਇਹ ਆਪਣਾ ਬਠਿੰਡਾ ਤੋਂ ਡੱਬ ਵਾਲੀ ਰੋਡ ਆ ਜਾਂਦਾ ਜੀ। ਅਤੇ ਹੁਣ ਆਪਾਂ ਬਠਿੰਡੇ ਦੇ ਵਿੱਚ ਐਂਟਰ ਕਰਨ ਲੱਗੇ ਹਾਂ ਵੀਰੇ। ਬਾਦਲ ਰੋਡ ਤੋਂ ਅੱਗੇ ਆ ਜਾਂਦਾ ਜਿਹੜਾ ਪਹਿਲਾ ਪੁਲ ਆਉਂਦਾ ਆਪਣਾ ਸ਼ੀਸ਼ ਮਹਿਲ ਕੋਲ ਜੀ। ਪਹਿਲਾ ਪੁਲ ਆ ਜਾਂਦਾ ਇਹ ਸਰਸਾ ਫਾਟਕ ਵੱਜਦਾ ਜੀ। ਇਹ ਪੁਲ ਦੂਜੇ ਪੁਲਾਂ ਨੂੰ ਕਾਫੀ ਥੋੜ੍ਹਾ ਜਿਹਾ ਪਿੱਛੇ ਬਣਿਆ ਸੀ, ਲੇਟ ਬਣਿਆ ਸੀਗਾ ਜੀ। ਇਹ ਸਰਸਾ ਫਾਟਕ ਵੱਜਦਾ ਗਾ ਇੱਧਰ ਜੈਪੁਰ ਜੋਧਪੁਰ ਸ਼ਾਇਦ ਇੱਧਰ ਜਾ ਰਹੀਆਂ ਟ੍ਰੇਨਾਂ ਇਹ। ਅਤੇ ਅੱਗੇ ਚੱਲ ਕੇ ਦਿਖਾਉਂਦੇ ਹਾਂ ਤੁਹਾਨੂੰ, ਬਠਿੰਡੇ ਦੀ ਸੈਰ ਕਰਾਵਾਂਗੇ। ਇੱਧਰ ਆਪਣੇ ਇੱਕ ਸਾਈਡ ਰਹਿ ਜਾਂਦਾ ਸ਼ੀਸ਼ ਮਹਿਲ ਅਤੇ ਇੱਧਰ ਆਪਣੇ ਆ ਜਾਂਦੀ ਹੈ ਬੀ ਸੀ ਐੱਲ ਫੈਕਟਰੀ ਇੱਕ ਸਾਈਡ। ਆਪਾਂ ਪਹਿਲਾ ਪੁਲ ਹੈ ਜਿਹੜਾ ਲਗਭਗ ਕ੍ਰੋਸ ਕਰ ਲਿਆ ਗਾ ਅਤੇ ਹੁਣ ਆਪਾਂ ਦੂਜੇ ਪੁਲ 'ਤੇ ਐਂਟਰ ਕਰਾਂਗੇ। ਆਹ ਦੂਜਾ ਪੁਲ ਸਟਾਰਟ ਹੋ ਗਿਆ ਜੀ।
ਦੂਜੇ ਪੁਲ ਤੇ ਲੈਣ ਜਾਂਦੀ ਹੈ ਜਿਹੜੀ ਜੀ, ਇਹ ਜਾਂਦੀ ਹੈ ਆਪਣੇ ਮਾਨਸਾ ਕੰਨੀ ਜਾਂਦੀ ਹੈ ਜੀ, ਮਾਨਸਾ ਸ਼ਾਇਦ ਇੱਧਰ ਜਾਂਦੀ ਹੈਗੀ। ਅਤੇ ਅੱਗੇ ਚੱਲ ਕੇ ਦੇਖਦੇ ਹਾਂ, ਅਤੇ ਹੁਣ ਆਪਾਂ ਤੀਜੇ ਪੁਲ ਦੇ ਨਜ਼ਦੀਕ ਆ ਗਏ ਜੀ। ITI ਚੌਂਕ ਵਾਲਾ ਪੁਲ ਵੱਜਦਾ ਜੀ ਇਹ। ਇੱਧਰੋਂ ਆਪਣੇ ਮਾਨਸਾ ਕੰਨਿਓ ਆਉਂਦੀ ਹੈ ਸੜਕ, ਅਤੇ ਇੱਧਰੋਂ ਡੱਬ ਵਾਲੀ ਕੰਨਿਓ, ਇਹ ਦੋਨੇ ਸੜਕਾਂ ਬਠਿੰਡੇ ਦੇ ਵਿੱਚ ਐਂਟਰ ਹੁੰਦੀਆਂ। ਮੱਛੀ ਚੌਂਕ ਵੀ ਕਹਿ ਦਿੰਦੇ ਹਾਂ ਇਹਨੂੰ, ਅਤੇ ITI ਪੁਲ ਵੀ ਕਹਿ ਦਿੰਦੇ ਹਾਂ ਜੀ। ਵੈਸੇ ਜ਼ਿਆਦਾਤਰ ਇਹ ITI ਪੁਲ ਵੱਜਦਾ ਗਾ, ਇਹਦੇ ਥੱਲੇ ਸਰਕਾਰੀ ITI ਹੈ ਜੀ। ਆ ਗਿਆ ਆਪਣਾ ITI ਚੌਂਕ, ਅਤੇ ਹੁਣ ਇੱਥੋਂ ਆਪਾਂ ਬਠਿੰਡੇ ਦੇ ਵਿੱਚ ਐਂਟਰ ਕਰਾਂਗੇ। ਇੱਥੋਂ ਆਪਾਂ ਬਠਿੰਡੇ ਦੇ ਵਿੱਚ ਐਂਟਰ ਕਰਾਂਗੇ। ਅਤੇ ਅੱਗੇ ਆਪਾਂ ਇੱਥੋਂ ਚੱਲਾਂਗੇ, ਬਾਈਪਾਸ ਬਾਹਰ ਦੀ ਵਾਰੀ ਚੱਲਾਂਗੇ। ਅਤੇ ਇੱਧਰ ਆ ਗਿਆ ਦੂਰਦਰਸ਼ਨ ਵਾਲਿਆਂ ਦਾ ਰੇਡੀਓ ਸਟੇਸ਼ਨ ਆ ਗਿਆ ਟਾਵਰ, ਅਤੇ ਅੱਗੇ ਆਪਾਂ ਪੁਲਿਸ ਲਾਈਨ ਤੋਂ ਮੁੜਾਂਗੇ। ਆ ਪੰਪ ਆ ਗਿਆ, ਆ ਗਈ ਪੁਲਿਸ ਲਾਈਨ, ਪੁਲਿਸ ਲਾਈਨ ਆ ਗਈ ਵੀਰੇ। ਅਤੇ ਇੱਥੋਂ ਉਹ ਸਾਹਮਣੇ ਸਰਕਾਰੀ ਹਸਪਤਾਲ ਆ ਗਿਆ, ਲੈਫਟ ਸਾਈਡ ਸਰਕਾਰੀ ਹਸਪਤਾਲ, ਅਤੇ ਇੱਧਰੋਂ ਆਪਾਂ ਪੁਲਿਸ ਲਾਈਨ ਕੰਨਿਓ ਮੁੜ ਗਏ ਹੈਗੇ। ਅਤੇ ਆਪਾਂ ਚੱਲਾਂਗੇ ਮਾਡਲ ਟਾਊਨ ਦੇ ਵਿੱਚ ਦੀ, ਪੁਲ ਦੇ ਨਾਲ ਨਾਲ ਹੋ ਕੇ ਮਾਡਲ ਟਾਊਨ। ਆਹ ਪੁਲਿਸ ਲਾਈਨ ਦਾ ਗੇਟ ਆ ਗਿਆ ਇੱਥੇ, ਅਤੇ ਹੁਣ ਆਪਾਂ ਮਾਡਲ ਟਾਊਨ ਫੇਸ 3 ਦੇ ਵਿੱਚ ਐਂਟਰ ਹੋ ਗਏ ਹਾਂ। ਮਾਡਲ ਟਾਊਨ ਵਿੱਚ ਦੀ ਚੱਲੇ ਹਾਂ, ਅਤੇ ਆਪਣੇ ਨਾਲ ਹੈਗਾ ਗਾ ਬਾਈ ਰਾਜਾ ਜਗਦੀਸ਼ ਸਿੰਘ ਉਰਫ ਰਾਜਾ, ਅਤੇ ਬਾਈ ਦਾ ਨੰਬਰ ਲੈਂਦੇ ਹਾਂ। ਬਾਈ ਨੂੰ ਕਹਿੰਦੇ ਹਾਂ ਵੀ ਬਾਈ ਆਪਣਾ ਨੰਬਰ ਬੋਲੋ,
ਨੇੜੇ ਸਰਕਾਰੀ ਹਾਈ ਸਕੂਲ ਦੇ ਬਾਈ ਦੀ ਗੱਡੀ ਲੈ ਕੇ ਜਾਂਦੇ ਨੇ ਆਪਾਂ। ਬਾਈ ਬਹੁਤ ਵਧੀਆ ਗੱਡੀ ਚਲਾਉਂਦਾ ਗਾ, ਅਤੇ ਜੇ ਕਿਸੇ ਨੂੰ ਵੀ ਲੋੜ ਹੋਵੇ ਤੁਸੀਂ ਲਿਜਾ ਸਕਦੇ ਹੋ। ਅਤੇ ਆਹ ਆ ਗਏ ਆਪਣੇ ਛਾਉਣੀ ਆ ਗਈ ਜੀ, ਇਹ ਬਠਿੰਡੇ ਦੀ ਛਾਉਣੀ ਆ ਗਈ। ਇਹ ਛਾਉਣੀ ਵੀ ਸਭ ਤੋਂ ਵੱਡੀ ਆ ਜਾਂਦੀ ਹੈਗੀ। ਆਪਣੇ ਦੂਜੀਆਂ ਛਾਉਣੀਆਂ ਨਾਲੋਂ ਵੱਡੀ ਹੈ ਇਹ, ਸਾਰੀ ਸਾਰੀਆਂ ਛਾਉਣੀਆਂ ਤੋਂ ਵੱਡੀ ਆ ਜਾਂਦੀ ਹੈ ਇਹ, ਸ਼ਾਇਦ ਪੰਜਾਬ ਦੀ ਆ ਜਾਂਦੀ ਹੈ ਜੀ। ਆਹ ਦੇਖੋ ਸੜਕ ਦਾ ਹਾਲ ਥੋੜ੍ਹਾ ਜਿਹਾ ਮਾੜਾ ਹੀ ਹੈਗਾ, ਅਤੇ ਅੱਗੇ ਚੱਲੀ ਜਾਂਦੇ ਆਪਾਂ, ਪਹੁੰਚ ਕੇ ਦਿਖਾਵਾਂਗੇ ਤੁਹਾਨੂੰ। ਬਾਈ ਨੇ ਸੱਦਿਆ ਸੀ ਆਪਾਂ ਨੂੰ, ਕਹਿੰਦਾ ਮੇਰੀ ਵੀਡੀਓ ਬਣਾ ਕੇ ਜਾਇਓ ਬਾਈ। ਬਾਈ ਦਾ ਡੋਗ ਫਾਰਮ ਹੈ, ਹਸਕੀ ਡੋਗ ਫਾਰਮ ਚੌਧਰੀ ਦੇ ਨਾਂ 'ਤੇ ਹੈ। ਪਹੁੰਚ ਗਏ ਹਾਂ ਬਾਈ ਕੋਲੇ। ਹਾਂਜੀ ਆਪਾਂ ਪਹੁੰਚ ਗਏ ਅਤੇ ਬਾਈ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ, ਵੇਖ ਲਓ ਬਾਈ ਕੀ ਨਾਂ ਬਾਈ ਇਹਦਾ? ਇਹ ਬਾਈ ਜੀ ਹਸਕੀ ਬਲਿਊ ਆਈਜ਼ ਮੇਲ ਹੈ, ਹਸਕੀ ਸਵੇਰੀਅਨ ਹਸਕੀ, ਆਪਣਾ ਸਪੈਸ਼ਲੀ ਹਸਕੀ ਦਾ ਕੰਮ ਹੈ। ਤੇ ਆਪਣੇ ਕੋਲੇ ਹਰ ਟਾਈਮ ਹੀ ਹਸਕੀ ਦੇ ਬੱਚੇ ਹੁੰਦੇ ਆ, ਮੇਲ ਫੀਮੇਲ ਹਰ ਟਾਈਮ ਅਵੇਲੇਬਲ ਹੈ। ਪਿੰਡ ਗੁਮਟੀ ਕਲਾਂ, ਜ਼ਿਲ੍ਹਾ ਬਠਿੰਡਾ, ਤਹਿਸੀਲ ਰਾਮਪੁਰਾ ਫੂਲ। ਠੀਕ ਹੈ ਜੀ। ਫੋਨ ਨੰਬਰ ਆਪਣਾ ਹੈਗਾ ਜੀ 9876674687। ਕਿਸੇ ਵੀਰ ਨੇ ਹਸਕੀ ਦੀ ਮੀਟਿੰਗ ਕਰਾਉਣੀ, ਆਪਣੇ ਕੋਲੇ 4 ਸਟੱਡ ਹੈ, 2 ਬੁਲੀ ਕੋਟ ਹੈ, 2 ਰਿਚ ਕੋਟ ਦੇ ਵਿੱਚ ਹੈ, ਬਲੈਕ ਐਂਡ ਵਾਈਟ, ਸਨੋ ਵਾਈਟ, ਸਾਰੇ ਤਰ੍ਹਾਂ ਦੇ ਸਟੱਡ ਆਪਣੇ ਕੋਲੇ ਹੈਗੇ ਟੌਪ ਮਾਰਕਿੰਗ ਦੇ ਵਿੱਚ। ਠੀਕ ਹੈ ਜੀ, ਠੀਕ ਹੈ। ਬੱਚੇ ਆਪਣੇ ਕੋਲੇ ਹਰ ਟਾਈਮ ਹਸਕੀ ਦੇ ਹੁੰਦੇ ਆ, ਤੇ ਆਲ ਬਰੀਡ, ਸਾਰੀਆਂ ਬਰੀਡਾਂ ਤੇ ਆਪਾਂ ਕੰਮ ਕਰਦੇ ਆ। ਕਿਸੇ ਵੀ ਨਸਲ ਦਾ ਕਿਸੇ ਨੂੰ ਕਤੂਰਾ ਚਾਹੀਦਾ ਤੇ ਆਪਣੇ ਕਿਸੇ ਟਾਈਮ ਵੀ ਆਪਣੇ ਨਾਲ ਸੰਪਰਕ ਕਰ ਸਕਦਾ ਜੀ। ਠੀਕ ਹੈ ਬਾਈ, ਠੀਕ ਹੈ। ਤੇ ਜੇ ਕੋਈ 20-30 ਕਿਲੋਮੀਟਰ ਤੱਕ ਅਗਲਾ ਮੰਗਵਾਉਣਾ ਚਾਹੇ, ਗੂਗਲ ਪੇ ਵਗੈਰਾ ਪੈਸੇ ਕਰਕੇ ਭੇਜ ਸਕਦੇ ਹੋ? ਅਸੀਂ ਜੀ ਪੰਜਾਬ ਤੋਂ ਬਾਹਰ ਵੀ ਡਿਲੀਵਰੀ ਦੇ ਦਿੰਦੇ ਹਾਂ। ਅੱਛਾ ਜੀ। ਹਾਂ, ਜਲੰਧਰ ਪਟਿਆਲਾ ਤਾਂ ਆਮ ਹੀ ਸਾਡੀਆਂ ਚੱਲਦੀਆਂ ਡਿਲੀਵਰੀਆਂ, ਤੇ ਮਤਲਬ ਅਸੀਂ ਪੰਜਾਬ ਤੋਂ ਬਾਹਰ ਤੱਕ ਵੀ ਆਪ ਡਿਲੀਵਰੀ, ਮਤਲਬ ਮੁੰਡੇ ਸਾਡੇ ਰੱਖੇ ਹੋਏ ਆ ਡਿਲੀਵਰੀ ਵਾਲੇ ਸਪੈਸ਼ਲੀ। ਠੀਕ ਹੈ, ਤੇ ਡਿਲੀਵਰੀ ਕਰਵਾ ਦੇਈ। ਠੀਕ ਹੈ ਬਾਈ, ਠੀਕ ਹੈ। ਤੇ ਆਪਾਂ ਨੂੰ ਉਹ ਨਸਲਾਂ ਵੀ ਵਿਖਾ ਦਿਓ ਬਾਈ। ਹਾਂਜੀ ਹਾਂ, ਉਹ ਤੁਹਾਨੂੰ ਫਾਰਮ 'ਚ ਲੈ ਕੇ ਚੱਲਦੇ ਆ। ਆਹ ਵੇਖ ਲਓ ਬਾਈ ਸਾਰੇ ਜਾਣੇ, ਆ ਦੁਬਾਰੇ ਤੇ ਅੱਖਾਂ ਆ ਗਈਆਂ ਬਾਈ ਜਮਾਂ ਸਹੀ। ਠੀਕ ਹੈ ਵੀ। ਉਧਰ ਬਾਈ ਦਾ ਫਾਰਮ ਆ, ਆਹ ਫਾਰਮ ਆ ਗਿਆ ਬਾਈ ਦਾ, ਤੇ ਅੱਗੇ ਦਿਖਾਉਣੇ ਆ ਤੁਹਾਨੂੰ ਕਿਹੜੀਆਂ ਕਿਹੜੀਆਂ ਨਸਲਾਂ।
ਬਈ ਕਿਹੜੀਆਂ ਕਿਹੜੀਆਂ ਨਸਲਾਂ ਆ ਗਈਆਂ ਇਹ ਪਮੇਰੀਅਨ ਆ ਗਏ ਜੀ ਤੈਨੂੰ ਠੀਕ ਆ ਵੀਰੇ ਹਾਂ ਤੇ ਆਪਣੇ ਕੋਲੇ ਮੇਨ ਆਪਣੇ ਕੋਲੇ ਹਸਕੀ ਦੇ ਸਟੱਡ ਸਰਵਿਸ ਆ ਜੀ ਜਿਹੜੇ ਆਪਣੇ ਕੋਲੇ ਅੰਦਰ ਸੀਗੇ ਵੀਰੇ ਹਾਂਜੀ ਹਾਂਜੀ ਹਸਕੀ ਆ ਜੀ ਹਸਕੀ ਉਹਨਾਂ 'ਚ ਆਪਣੇ ਕੋਲੇ 4 ਸਟੱਡ ਹੈ ਠੀਕ ਹੈ ਜੀ 2 ਬਲੀ ਕੋਟ ਦੇ ਵਿੱਚ ਆ 2 ਰਿਚ ਕੋਟ ਦੇ ਵਿੱਚ ਹੈ ਇਹਨਾਂ 'ਚ ਸਨੋ ਵਾਈਟ ਤੇ ਬਲੈਕ ਵਾਈਟ ਠੀਕ ਹੈ ਜੀ ਕਿਸੇ ਵੀ ਨੇ ਹਸਕੀ ਦੀ ਮੀਟਿੰਗ ਕਰਾਉਣੀ ਹੈ ਤੇ ਆਪਣੇ ਕੋਲੇ ਹਰ ਟਾਈਮ ਅਵੇਲੇਬਲ ਹੈ ਹਸਕੀ ਦੀ ਮੀਟਿੰਗ ਠੀਕ ਹੈ ਜੀ ਹਾਂਜੀ ਹਾਂਜੀ ਆਪਣੇ ਕੋਲੇ ਹਸਕੀ ਦੀ ਸਟੱਡ ਸਰਵਿਸ ਹਰ ਟਾਈਮ ਅਵੇਲੇਬਲ ਹੈ ਆਪਣੇ ਕੋਲੇ 4 ਸਟੱਡ ਹੈ ਜਿਨ੍ਹਾਂ ਵਿੱਚ 2 ਬੁਲੀ ਕੋਟ 2 ਰਿਚ ਕੋਟ ਦੇ ਵਿੱਚ 2 ਬਲੈਕ ਐਂਡ ਵਾਈਟ 2 ਸਨੋ ਵਾਈਟ ਟੌਪ ਮਾਰਕਿੰਗ ਦੇ ਵਿੱਚ ਟੌਪ ਰਿਜ਼ਲਟ ਦੇ ਆਪਣੇ ਕੋਲੇ ਸਟੱਡ ਸਰਵਿਸ ਹੈ ਜੀ ਕਿਸੇ ਵੀ ਨੇ ਸਟੱਡ ਸਰਵਿਸ ਕਰਵਾਣੀ ਹੈ ਆਪਣੇ ਤੋਂ ਤੇ ਅਸੀਂ ਬੱਚੇ ਤੇ ਵੀ ਕਰਦੇ ਹਾਂ ਤੇ ਪੇਮੈਂਟ ਤੇ ਵੀ ਕਰਦੇ ਹਾਂ ਜੀ ਪਿੰਡ ਗੁੰਮਟੀ ਕਲਾਂ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪੁਰਾ ਫੂਲ ਫੋਨ ਨੰਬਰ ਹੈਗਾ ਜੀ 9876674687 ਤੇ ਨਾਮ ਬਾਈ ਤੁਹਾਡਾ ਹਾਂਜੀ ਚੌਧਰੀ ਹਸਕੀ ਡੌਗ ਫਾਰਮ ਚੌਧਰੀ ਨਾਮ ਨਹੀਂ ਆਪਣਾ ਠੀਕ ਹੈ ਜੀ ਠੀਕ ਹੈ ਬਈ ਨਹਿਰ ਆ ਕੱਚੀ ਨਹਿਰ ਜਿਹੜੀ ਸਰਹੰਦ ਫੀਲਡਰ ਆ ਤੇ ਕੱਚੀ ਨਹਿਰ ਬਠਿੰਡੇ ਵਾਲੀ ਕੱਚੀ ਨਹਿਰ ਕਹਿ ਦਿੰਦੇ ਆ ਜਿਹੜੀ ਨੂੰ ਨੈਣਾ ਦੇਵੀ ਕੋਲੋਂ ਆਉਂਦੀ ਆ ਇਹ ਤੇ ਬੀਬੀ ਵਾਲੇ ਨੂੰ ਜਾਂਦੀ ਆ ਇਹ ਸੜਕ ਦੇਖ ਲਓ ਇੱਧਰ ਦੀ ਆਈ ਜਾਂਦੇ ਆ ਤੁਹਾਨੂੰ ਪਤਾ ਹੀ ਆ ਜਾਨਵਰ ਲੈ ਕੇ ਆਏ ਆ ਜਿਵੇਂ ਹਨਾ ਅੱਗੇ ਵੀ ਤੁਹਾਨੂੰ ਦਿਖਾਈ ਜਾਵਾਂਗੇ ਕਿਵੇਂ ਕਿਵੇਂ ਅੱਗੇ ਆਊਗਾ ਰਸਤਾ ਇਹਦਾ ਸਾਰਾ ਸਰ ਬਹੁਤ ਜ਼ਿਆਦਾ ਆ ਸਰਾਂ ਦਾ ਕਰਕੇ ਨਹੀਂ ਦਿਸ ਰਿਹਾ ਤੇ ਭਰੀ ਬਹੁਤ ਜ਼ਿਆਦਾ ਆ ਤੇ ਬਾਲੀ ਚੌੜੀ ਸੜਕ ਵੀ ਹੈ ਨੀ ਗੀ ਸੜਕ ਵੀ ਬਹੁਤ ਭੀੜੀ ਆ ਦੋ ਸਾਧਨ ਜਾਣੀ ਕਿ ਟੱਪ ਨਹੀਂ ਸਕਦੇ ਜਗਦੀਸ਼ ਸਿੰਘ ਰਾਜਾ ਰਾਜਾ ਬਾਈ ਆਪਣੇ ਨਾਲ ਆ ਤੇ ਆਪਦੀ ਸੇਵਾ ਨਿਭਾ ਰਿਹਾ ਹੈਗਾ ਆਪਣੇ ਬਲੌਗ ਬਣਾਉਣ ਚ ਤੇ ਕਿਸੇ ਨੂੰ ਵੀ ਲੋੜ ਹੋਵੇ ਗੱਡੀ ਦੀ ਤਾਂ ਕੰਟੈਕਟ ਕਰ ਸਕਦੇ ਹੋ ਬਾਈ ਦਾ ਕੰਟੈਕਟ ਨੰਬਰ ਹੈਗਾ ਤੁਹਾਨੂੰ ਬੋਲ ਦਿੰਦੇ ਆ ਤੇ ਬਾਈ ਦਾ ਨੰਬਰ ਬੋਲ ਦਿੰਦੇ ਆਪਾਂ ਤੁਹਾਨੂੰ ਰਾਜਾ ਸਿੰਘ 99-154-15-154 99-154 154 99-154-15-154 99-154-15-154 ਕੰਟੈਕਟ ਕਰ ਸਕਦੇ ਹੋ ਜਦੋਂ ਮਰਜ਼ੀ ਤੇ ਬਾਈ ਨਾਲ ਬਾਈ ਜਾ ਕੇ ਵੇਖੋ ਇੱਕ ਟੂਰ ਤੇ ਇੱਕ ਮੰਨ ਲਓ ਵੀ ਜਾ ਕੇ ਇੱਕ ਵਾਰੀ ਜਾ ਕੇ ਵੇਖਿਓ ਤੁਸੀਂ ਆਪ ਹੀ ਕਹੋਗੇ ਵੀ ਅਸੀਂ ਬਾਈ ਨਾਲ ਹੀ ਜਾਣਾਗਾ